ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਤੁਹਾਡੇ ਸਭ ਦਾ? ਹੋਪ ਕਰਦਾ ਸਭ ਵਧੀਆ ਹੋਗੇ। ਅਤੇ ਵੈਲਕਮ ਬੈਕ ਹੈ ਤੁਹਾਡਾ ਮੇਰੀ ਨਵੀਂ ਵੀਡੀਓ 'ਚ। ਅਤੇ ਮੈਂ ਤਾਂ ਪਹਿਲੀ ਗੱਲ ਤਾਂ ਮੈਂ ਆਪਣੇ ਸਾਰੇ ਸੱਜਣਾਂ ਤੋਂ ਮਾਫ਼ੀ ਮੰਗਣਾ ਚਾਹੁੰਦਾ ਵਾਂ। ਮੈਂ ਇੰਨੇ ਦਿਨ ਹੋ ਗਏ ਨੇ ਵੀਡੀਓ ਨਹੀਂ ਪਾਈ, ਬਸ ਕੋਈ ਕੰਮਾਂ ਕਾਰਾਂ ਕਰਕੇ ਘਰ ਦੇ, ਅਤੇ ਮੈਨੂੰ ਟਾਈਮ ਜਿਹਾ ਨਹੀਂ ਮਿਲਣ ਦਿਆ ਸੀ। ਅਤੇ ਹੁਣ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਆਪਾਂ ਰੋਜ਼ ਵੀਡੀਓ ਪਾਈਏ ਕਰੀਏ। ਅਤੇ ਅੱਜ ਮੈਂ ਫਿਰ ਦੁਬਾਰਾ ਤੁਹਾਡੇ ਰੂਬਰੂ ਹੋ ਗਿਆ ਵਾਂ ਇੱਕ ਨਵੀਂ ਵੀਡੀਓ ਦੇ ਨਾਲ। ਅੱਜ ਤੁਹਾਨੂੰ ਆਪਾਂ ਵਿਖਾਵਾਂਗੇ ਕੀਆ, ਆਪਣੀ ਕੀਆ ਸੈਲਟੋਸ ਦਾ ਰਿਵਿਊ, GTX ਪਲੱਸ ਦਾ ਆਟੋਮੈਟਿਕ ਡੀਜ਼ਲ। ਤਾਂ ਉਹ ਵੀਡੀਓ ਸ਼ੁਰੂ ਕਰਦੇ ਹਾਂ ਫਿਰ ਆਪਾਂ। ਹਾਂ ਵੇਖੋ ਜੀ, ਆ ਆਪਣੀ ਨਵੀਂ ਗੱਡੀ। ਅਤੇ ਪਹਿਲਾਂ ਮੈਂ ਤੁਹਾਨੂੰ ਵਾਕ ਅਰਾਊਂਡ ਦੇ ਦਿੰਦਾ, ਸਾਰੇ ਪਾਸਿਓਂ ਲੁੱਕ ਵਿਖਾ ਦਿੰਦਾ ਇਹਦੀ, ਅਤੇ ਫਿਰ ਉਹਦੇ ਬਾਅਦ ਉਹਦੇ ਫੀਚਰਾਂ ਬਾਰੇ ਬਾਕੀ ਚੀਜ਼ਾਂ ਬਾਰੇ ਗੱਲ ਕਰਾਂਗੇ। ਸਭ ਤੋਂ ਮੇਨ ਚੀਜ਼ ਆਪਾਂ ਇਹਦੇ ਟਾਇਰਸ ਤੋਂ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਆਪਾਂ ਨੂੰ 18 ਇੰਚ ਦੇ ਅਲੋਏ ਵੀਲ ਮਿਲੇ ਨੇ, 255R18 ਟਾਇਰ ਸਾਈਜ਼, ਅਤੇ JK ਟਾਇਰਸ ਮਿਲੇ ਨੇ ਇਹਨੂੰ ਕੰਪਨੀ ਵੱਲੋਂ ਹੀ। ਅਤੇ ਆਪਣਾ ਹੋਰ ਤੁਹਾਨੂੰ ਦੱਸਦਾ ਮੈਂ ਇਹਦੇ 'ਚ, ਆਹ ਪਹਿਲੋ ਨਾਲੋਂ ਆਹ ਫੇਸ ਲਿਫਟ ਮਾਡਲ ਹੈ 2023 ਦਾ, ਆਹ ਗ੍ਰਿਲ ਚੇਂਜ ਕਰਤੀ ਹੈ, ਆਹ ਲਾਈਟਾਂ ਦੇ ਦਿੱਤੀਆਂ ਨੇ ਹੋਰ, ਅਤੇ ਨਕਰੋਮ ਵਗੈਰਾ ਵਧੀਆ ਇਹਦਾ, ਹੋਰ ਕੈਂਟ ਲੁੱਕ ਬਣਾਉਂਦਾ ਗੱਡੀ ਦੀ। ਅਤੇ ਜਿਹੜੇ ਇਹਦੇ 'ਚ ਫੋਗ ਲੈਂਪ ਨੇ ਆਹ ਕਿਊਬ ਸ਼ੇਪ 'ਚ ਦਿੱਤੇ ਨੇ, ਇਹ 'ਚ ਚਾਰ ਨੇ, ਚਾਰ ਕਿਊਬ ਨੇ ਇਹਦੇ 'ਚ, ਅਤੇ ਬਹੁਤ ਹੀ ਵਧੀਆ ਥਰੋ ਹੈ ਲਾਈਟ ਦਾ। ਅਤੇ ਬਾਕੀ ਹੋਰ ਮੈਂ ਵਿਖਾਉਣਾ ਤੁਹਾਨੂੰ ਅੰਦਰੋਂ ਹੁਣ ਗੱਡੀ। ਇਹ ਮੈਨੂੰ ਸਭ ਤੋਂ ਪਿਆਰੀ ਚੀਜ਼ ਲੱਗਦੀ ਹੈ ਉਹ ਆ ਪੈਨਾਰੋਮਿਕ ਸਨਰੂਫ। ਹਾਂ ਵੇਖੋ, ਇਹ 360 ਕੈਮਰਾ ਦਿੱਤਾ ਫਰੰਟ ਦਾ, ਸਭ ਪਾਸਿਓਂ ਦਿਖਦਾ ਇਹਦੇ 'ਚ, ਮਤਲਬ ਵਧੀਆ। ਅਤੇ ਨਾਲੇ ਸਭ ਤੋਂ ਵੱਡਾ ਇਹਦਾ ਫੀਚਰ ਇਹ 'ਚ ਕਰੂਜ਼, ਆਪਣਾ ਅਡੈਪਟਿਵ ਕਰੂਜ਼ ਕੰਟਰੋਲ ਅਡਾਸ, ਸਭ ਤੋਂ ਟੋਪ ਲੈਵਲ ਦਾ ਅਡਾਸ ਇਹ 'ਚ ਵੇ। ਮੈਂ ਕਿਸੇ ਗੱਡੀ ਨਾਲ ਕੰਪੇਅਰ ਨਹੀਂ ਕਰਦਾ, ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ, ਜਿਹੜੀ XUV 700 ਦੀ, ਉਹ ਤੋਂ ਉੱਪਰਲੇ ਲੈਵਲ ਦਾ ਇਹਦੇ ਵਿੱਚ ਅਡਾਸ, ਬਹੁਤ ਹੀ ਘੈਂਟ ਵਰਕਿੰਗ ਹੈ। ਮੈਂ ਚਲਾਇਆ ਅੱਜ, ਮੈਂ ਅਗਰ ਹੁਣ ਹਾਈਵੇ 'ਤੇ ਲੈ ਗਿਆ ਤਾਂ ਉਹ ਵੀ ਮੈਂ ਤੁਹਾਨੂੰ ਵਿਖਾ ਦਾਂਗਾ ਕਿ ਕਿਵੇਂ ਵਰਕਿੰਗ ਕਰਦੀ ਹੈ ਉਹ ਅਡਾਸ। ਅਤੇ ਬਾਕੀ ਆਹ ਵੇਖੋ ਸਕਰੀਨ ਕਿੰਨੀ, ਮਤਲਬ ਇਹਦੀ ਪ੍ਰੀਮੀਅਮ ਜੀ ਦਿੱਤੀ ਹੋਈ ਹੈ। ਅਤੇ ਇਹਦੇ ਵਿੱਚ ਬੋਸ ਦਾ ਮਿਊਜ਼ਿਕ ਸਿਸਟਮ ਹੈ, 2 ਸਬਵੂਫਰ ਅਤੇ 6 ਸਪੀਕਰ ਨੇ ਇਹਦੇ ਵਿੱਚ, ਅਤੇ ਆਟੋ ਆਏ ਆਟੋ ਮਿਰਰ। ਜੇ ਕੰਫਰਟ ਦੀ ਗੱਲ ਕੀਤੀ ਜਾਏ ਸੀਟਾਂ ਦੀ, ਤਾਂ ਬਹੁਤ ਹੀ ਵਧੀਆ ਕੰਫਰਟ ਹੈ। ਅਤੇ ਨਾਲੇ ਇਹਦੇ ਵਿੱਚ ਆਏ ਐਡਜਸਟੇਬਲ ਇਲੈਕਟ੍ਰੋਨਿਕ ਸੀਟਸ ਨੇ, ਅੱਗੇ ਪਿੱਛੇ ਉੱਤੇ ਥੱਲੇ ਵਿਦ ਹਾਈ ਸਪੋਰਟ, ਆਹ ਚੀਜ਼ ਵੀ ਬਹੁਤ ਵਧੀਆ ਇਹਦੇ ਵੀ। ਆ ਇਹਦਾ ਆਪਣਾ ਵੈਂਟੀਲੇਸ਼ਨ ਸੀਟਾਂ ਦਾ, 2 ਕੱਪ ਹੋਲਡਰ ਵੀ ਨੇ ਇਹਦੇ ਵਿੱਚ, ਅਤੇ ਉਸ ਤੋਂ ਆ ਸਲਾਈਡਿੰਗ ਵਾਲਾ ਸਿਸਟਮ ਹੈ, ਆ ਬਹੁਤ ਵਧੀਆ ਹੈ। ਜਦੋਂ ਯੂਜ਼ ਨਹੀਂ ਗਾ ਬੰਦੇ ਨੂੰ ਅਤੇ ਇਹਨੂੰ ਬੰਦ ਕਰਦੇ ਨਹੀਂ, ਅਤੇ ਆਪਾਂ ਅਗਰ ਬਾਈ ਚਾਂਸ ਗੱਡੀ 'ਚ ਬਹਿ ਕੇ ਕੁਛ ਖਾਂਦੇ ਹਾਂ ਕੁਛ ਨਹੀਂ, ਅਤੇ ਇਹਨਾਂ ਵਿੱਚ ਨਾ ਬਹੁਤ ਜ਼ਿਆਦਾ ਡਸਟ ਵਗੈਰਾ ਆ ਜਾਂਦੀ ਹੈ, ਅਤੇ ਇਹਨਾਂ ਨੂੰ ਬੰਦਾ ਬੰਦ ਵੀ ਕਰ ਸਕਦਾ। ਅਤੇ ਹੋਰ ਇਹ 'ਚ ਆਪਣੀ ਆਵਲੀ ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ ਹੈ। ਆ ਇਹ ਕੁਛ ਅੱਗੇ ਦਾ ਲੁੱਕ, ਹਾਂ ਦੇਖੋ ਇਹ 'ਚ ਆਪਾਂ ਨੂੰ ਅੱਗੇ ਵਾਲੀ ਰੋਅ 'ਤੇ ਵਿਖਾਤੀ, ਹੁਣ ਮੈਂ ਪਿੱਛੋਂ ਵਿਖਾਉਂਦਾ ਵਾਂ ਕਿ ਕਿਵੇਂ ਦਾ ਕੰਫਰਟ ਹੈ ਪਿੱਛੇ ਵੀ। ਆ ਵੇਖੋ ਲੈਗ ਰੂਮ ਬਹੁਤ ਜ਼ਿਆਦਾ, ਹੈੱਡ ਰੂਮ ਵੀ ਬਹੁਤ ਹੈ, ਅਤੇ ਨਾਲੇ ਇਹ 'ਚ ਕਟਨ ਵੀ ਆ ਦਿੱਤੇ ਨੇ ਕੰਪਨੀ ਦੇ ਵੱਲੋਂ ਹੀ, ਕਟਨਸ ਮਿਲੇ ਨੇ ਵਿੱਚ। ਵੇਖੋ ਬੋਸ ਦੇ ਸਪੀਕਰਸ, ਅਤੇ ਪਿੱਛੇ ਵੀ 2 ਵੈਂਟ ਦਿੱਤੇ ਨੇ ਏਸੀ ਦੇ, ਅਤੇ ਸਮਾਰਟ ਏਅਰ ਪਿਓਰੀਫਾਇਰ ਵੀ ਇਹਦੇ ਵਿੱਚ। ਅਤੇ ਬਹੁਤ ਹੀ ਵਧੀਆ ਗੱਡੀ ਬਣੀ ਹੋਈ ਹੈ ਪਿੱਛੋਂ ਵੀ, ਮਤਲਬ ਬਹੁਤ ਜ਼ਿਆਦਾ ਵਧੀਆ ਕੰਫਰਟ ਹੈ, ਅਤੇ ਹੈਂਡ ਰੈਸਟ ਵੀ ਹੈ, ਆਰਾਮ ਨਾਲ 3 ਬੰਦੇ ਬਹਿ ਸਕਦੇ ਨੇ। ਮੇਨ ਹੁਣ ਕਰਦੇ ਹਾਂ ਆਪਾਂ ਬੂਟ ਸਪੇਸ ਦੀ ਗੱਲ, ਬੂਟ ਸਪੇਸ ਵਹਿੰਦੇ ਹਾਂ ਕਹਿੰਦਾ। ਵੇਖੋ ਬਹੁਤ ਜ਼ਿਆਦਾ ਬੂਟ ਸਪੇਸ ਹੈ ਇਹਦੇ ਵਿੱਚ, ਅਤੇ ਹਾਂ ਅਤੇ ਕੰਪਨੀ ਵੱਲੋਂ ਐਸਰੀਸ ਮਿਲੀ ਹੈ ਮੈਟ। ਅਤੇ ਵੇਖੋ ਇਹ 'ਚ ਸਟੀਲ ਰੇਮੀ ਹੈ ਇਹਦੇ 'ਚ, ਅਲੋਏ ਨਹੀਂ ਗਾ ਸਟੱਪਨੀ 'ਚ, ਟਾਇਰ ਉਹੀ ਹੈ ਸੇਮ 18 ਇੰਚ ਦਾ, ਨਹੀਂ ਤਾਂ ਕਈ ਕੰਪਨੀਆਂ ਮਤਲਬ ਜਿਵੇਂ 18 ਹੁੰਦਾ ਅਤੇ ਉਹ 17 ਵੀ ਦੇ ਦਿੰਦੀਆਂ ਨੇ, ਇਹ 'ਚ ਕੋਈ ਇਹ 'ਚ 18 ਨਹੀਂ ਮਿਲਿਆ ਕੰਪਨੀ ਵੱਲੋਂ ਹੀ। ਅਤੇ ਆਹ ਵੇਖੋ ਸਬਵੂਫਰ ਜਿਹੜਾ ਮੈਂ ਤੁਹਾਨੂੰ ਆਖਣਾ, ਇਹ 'ਚ 2 ਸਬਵੂਫਰ ਨੇ,
ਪਿੱਛੋਂ ਗੱਡੀ ਦੀ ਬੜੀ ਜ਼ਿਆਦਾ ਸਪੋਰਟੀ ਲੁੱਕ ਹੈ ਅਤੇ ਵੇਖਣ ਨੂੰ ਬਹੁਤ ਵਧੀਆ ਲੱਗਦੀ ਹੈ। ਇਹਦੇ ਵਿੱਚ ਹੁੰਦਾ ਹੈ 1.5 ਲੀਟਰ ਡੀਜ਼ਲ ਇੰਜਨ ਵਿਦ ਆਟੋਮੈਟਿਕ ਟਰਾਂਸਮਿਸ਼ਨ ਅਤੇ ਉਹ ਉੱਤੇ ਤਾਂ ਲੱਗਾ ਅਡਾਸ ਵਾਲਾ ਕੈਮਰਾ, ਇੱਥੇ ਵਿੱਚ ਬਹੁਤ ਹੀ ਵਧੀਆ ਅਡਾਸ, ਮਤਲਬ ਇਹਦਾ ਵਰਕਿੰਗ ਬਹੁਤ ਵਧੀਆ ਦੂਜੀਆਂ ਗੱਡੀਆਂ ਨਾਲੋਂ, ਸਭ ਤੋਂ ਟੋਪ ਲੈਵਲ ਦਾ ਅਡਾਸ ਹੈ। ਗਰਾਊਂਡ ਕਲੀਅਰੈਂਸ ਵੀ ਅੱਛੀ ਖਾਸੀ ਮਿਲਦੀ ਇਹਦੇ ਵਿੱਚ ਆਪਾਂ ਨੂੰ। ਜਿਹੜੀ ਮੇਨ ਅਟਰੈਕਸ਼ਨ ਉਹ ਇਹਦੀ ਆ ਕੀ ਹੈ, ਵੇਖੋ ਕਿੰਨੀ ਸੋਹਣੀ ਲੱਗਦੀ ਹੈ ਵੇਖਣ ਨੂੰ। ਲੋਕ, ਅਨਲੋਕ, ਹੋਲਡ, ਇੰਨਾ ਆਪਾਂ ਇਹਨੂੰ ਮਤਲਬ ਪ੍ਰੈਸ ਕਰਕੇ ਰੱਖੀਏ ਤਾਂ ਗੱਡੀ ਸਟਾਰਟ ਹੋ ਜਾਂਦੀ ਹੈ, ਇਹਨੂੰ ਪ੍ਰੈਸ ਕਰਕੇ ਰੱਖੀਏ ਤਾਂ ਬੂਟ ਓਪਨ ਹੋ ਜਾਂਦਾ ਇਹਦਾ। ਇਹਦੇ ਵਿੱਚ ਵਾਇਰਲੈਸ ਚਾਰਜਰ ਵੀ ਹੈ, ਆਪਣਾ ਫੋਨ ਰੱਖ ਕੇ ਦੇਖਦੇ ਹਾਂ। ਬਾਕੀ ਮੈਨੂੰ ਹਜੇ, ਮੈਂ ਕਦੀ ਗੱਡੀਆਂ ਦੇ ਰਿਵਿਊ ਕੀਤੇ ਨਹੀਂ ਆ, ਮੇਰਾ ਫਸਟ ਟਾਈਮ ਹੈ ਅਤੇ ਹੌਲੀ ਹੌਲੀ ਮੈਂ ਚੀਜ਼ਾਂ ਸਿੱਖਣ ਲਿਆ ਵਾ ਕਿ ਗੱਡੀ ਦੇ ਰਿਵਿਊ 'ਚ ਕੀ ਕੀ ਬੰਦੇ ਨੂੰ ਦੱਸਣਾ ਚਾਹੀਦਾ, ਕਿਵੇਂ ਅਤੇ ਫਸਟ ਟਾਈਮ ਹੈ ਇਸ ਲਈ ਕੋਈ ਚੀਜ਼ਾਂ ਰਹਿ ਗਈਆਂ ਹੁਣ, ਅਤੇ ਉਹਦੇ ਵਾਸਤੇ ਮੈਂ ਸੋਰੀ ਕਹਿੰਦਾ ਸਭ ਨੂੰ। ਅਤੇ ਅਗਲੀ ਵੀਡੀਓ ਅਗਰ ਮੈਂ ਜਦੋਂ ਗੱਡੀ ਦੀ ਬਣਾਵਾਂਗਾ ਰਿਵਿਊ ਵਾਸਤੇ, ਮੈਂ ਹੋਰ ਵਧੀਆ ਬਣਾਵਾਂਗਾ ਇੱਥੋਂ। ਅਤੇ ਅੱਜ ਮੇਰਾ ਫਸਟ ਟਾਈਮ ਸੀ ਨਾ, ਇਸ ਕਰਕੇ ਬੰਦੇ ਨੂੰ ਥੋੜ੍ਹਾ ਜ਼ਿਆਦਾ ਨੌਲੇਜ ਨਹੀਂ ਹੁੰਦੀ ਕੀ ਕੀ ਵਿਖਾਉਣਾ। ਬਾਕੀ ਆਪਾਂ ਨੂੰ ਗੱਡੀਆਂ ਬਾਰੇ ਸਭ ਕੁਛ ਪਤਾ, ਮੈਂ ਸੱਚੀ ਦੱਸਾਂ ਤਾਂ ਮੈਂ 5th class ਤੋਂ ਗੱਡੀਆਂ, ਟਰੈਕਟਰ, ਜੀਪ ਸਭ ਚਲਾਉਂਦਿਆਂ ਵਾਂ, ਅਤੇ ਮੈਨੂੰ ਗੱਡੀਆਂ ਵਗੈਰਾ ਤਾਂ ਬਸ ਵਾਹਿਗੁਰੂ ਦੀ ਮਿਹਰ ਨਾਲ ਸਭ ਕੁਛ ਪਤਾ ਹੀ ਹੈਗਾ। ਪਰ ਜੇ ਕੁਛ ਨਹੀਂ ਵੀ ਪਤਾ ਤਾਂ ਉਹ ਵੀ ਮੈਂ ਤੁਹਾਨੂੰ ਸਿੱਖ ਕੇ ਦੱਸਾਂਗਾ। ਅਤੇ ਆਹ ਮੇਰਾ ਫਸਟ ਟਾਈਮ ਹੈ ਇਸ ਲਈ ਮੈਨੂੰ ਜ਼ਿਆਦਾ ਗੱਡੀ ਬਾਰੇ ਦੱਸਣਾ ਨਹੀਂ ਆਉਂਦਾ ਕੀ ਦੱਸਣਾ ਚਾਹੀਦਾ ਬੰਦੇ ਨੂੰ, ਕੀ ਲੋਕ ਵੇਖਣਾ ਪਸੰਦ ਕਰਦੇ ਨੇ ਗੱਡੀ ਦੇ ਰਿਵਿਊ 'ਚ। ਅਤੇ ਬਸ ਆਹੀ ਕਹਿਣਾ ਸੀ ਤੁਹਾਨੂੰ, ਅਤੇ ਵੀਡੀਓ ਨੂੰ ਪਿਆਰ ਕਰਦੇ ਰਿਹਾ ਕਰੋ ਅਤੇ ਆਪਣਾ ਲਾਈਕ, ਸ਼ੇਅਰ, ਕਮੈਂਟ ਸਭ ਜਣੇ ਕਰਿਆ ਕਰੋ। ਗੱਡੀਆਂ ਤੇ ਗੋਦ ਲਿਖਵੋ ਨਾਲੇ ਉਹ ਹਯਾਤੀ ਲਾਈ ਭਈਆ। ਕਰਦਾ ਜੀ ਸਾਰਿਆਂ ਨੂੰ ਰਿਵਿਊ ਵਾਲੀ ਵੀਡੀਓ ਵਧੀਆ ਲੱਗੀ ਹੋਏਗੀ ਜੀ। ਵੀਡੀਓ ਵਧੀਆ ਲੱਗੀ ਹੈ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ, ਅਤੇ ਮਿਲਦੇ ਤੁਹਾਨੂੰ ਅਗਲੀ ਕਿਸੇ ਘੈਂਟ ਵੀਡੀਓ 'ਚ। ਬਾਏ ਬਾਏ ਜੀ ਸਾਰਿਆਂ ਨੂੰ।